ਪਹਿਲਾਂ ਨਹੀਂ ਚੱਲ ਪਿਆ ਬਾਬੇ। ਉਹ ਬੜੀ ਦੁੱਖ ਦੀ ਗੱਲ ਆ, ਸਾਰੇ ਪਿੰਡਾਂ ਦੀ ਘੱਟੋ ਘੱਟ 5-6 ਪਿੰਡਾਂ ਦੀ ਜ਼ਮੀਨ ਸਾਰੀ ਪਾਣੀ ਦੇ ਵਿੱਚ ਡੁੱਬ ਚੁੱਕੀ ਆ। ਆਹ ਘੱਗਰ ਆ ਇੱਧਰ ਜਿਹੜਾ ਨਾਲ ਚੱਲ ਰਿਹਾ ਇਹ, ਅਤੇ ਇਹਦੇ ਇਹਦੇ ਇੱਥੋਂ ਕਿੰਨੇ ਕਿਲੋਮੀਟਰ 'ਤੇ ਪਾੜ ਪਿਆ ਹੋਇਆ? 2 ਕਿਲੋਮੀਟਰ 2 ਕਿਲੋਮੀਟਰ 'ਤੇ ਪਾੜ ਪਿਆ ਹੋਇਆ। ਤੁਹਾਨੂੰ ਉੱਥੇ ਵੀ ਥੋੜ੍ਹੇ ਟਾਈਮ ਨੂੰ ਪਾੜ 'ਤੇ ਵੀ ਜਾ ਕੇ ਦਿਖਾਵਾਂਗੇ ਵੀ ਪਾੜ ਜਿਹੜਾ ਪਿੱਛੇ ਪਾੜ ਪਿਆ ਹੋਇਆ ਉੱਥੇ ਕੀ, ਉੱਥੇ ਵੀ ਜਾ ਕੇ ਦਿਖਾਵਾਂਗੇ। ਹੁਣ ਆਹ ਮੋਣਕ ਪਿੰਡ ਦੇ ਵਿੱਚ ਇੱਥੇ ਕਾਫੀ ਆਪਣੇ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਤਾਂ ਸਾਰੀ ਡੁੱਬ ਚੁੱਕੀ ਆ ਲੰਘ ਜਾਣ ਦੇ ਮੋਟਰਸਾਈਕਲ ਵਾਲੇ ਪਿੰਡਾਂ। ਅਮਨਾ ਦਿਖਾਈਏ ਇੱਧਰ ਕਿਵੇਂ ਮੋਟਰਾਂ ਜਿਹੜੇ ਕੋਠੇ ਨੇਗੇ ਸਾਰੇ ਮੋਟਰਾਂ ਦਾ, ਇੱਥੋਂ ਤਾਂ ਹਜੇ ਥੋੜ੍ਹਾ ਥੋੜ੍ਹਾ ਦਿਖਦੇ ਨੇ, ਪਰਾਂ ਵਾਲੇ ਪਾਸੇ ਮੋਟਰਾਂ ਦੇ ਕੋਠੇ ਦਿਖ ਨਹੀਂ ਰਹੇ, ਇੰਨਾ ਜ਼ਿਆਦਾ ਪਾਣੀ ਆ ਚੁੱਕਿਆ। ਪਰਾਂ ਵਾਲੇ ਪਾਸੇ ਕੋਈ ਮੋਟਰਾਂ ਦੇ ਕੋਠੇ ਨਹੀਂ ਦਿਖ ਰਹੇ, ਅਤੇ ਕਾਰਨ ਸਿਰਫ ਕੀ ਆ? ਮਾੜਾ ਇੱਧਰ ਹੁਣ ਗੱਲਬਾਤ ਜਿਹੜੀ ਮੈਂ ਕਰਨੀ ਆ, ਪ੍ਰਸ਼ਾਸਨ ਦਾ ਕੀ ਕਾਰਨ ਆ? ਪ੍ਰਸ਼ਾਸਨ ਫਿਰਦਾ ਤਾਂ ਹੈਗਾ, ਪ੍ਰਸ਼ਾਸਨ ਦਾ ਅਸਲੀ ਧਿਆਨ ਨਹੀਂ ਹੈਗਾ। ਪ੍ਰਸ਼ਾਸਨ ਦਾ ਮੇਨ ਕਾਰਨ ਕੀ ਆ? ਜਿਵੇਂ ਕਿ ਹੁਣ 5-6 ਪਿੰਡ ਘੱਟੋ ਘੱਟ 5-6 ਪਿੰਡਾਂ ਦੀ ਜ਼ਮੀਨ ਆ, ਜਦੋਂ ਇਹਨੂੰ ਤਾਂ ਵੱਧਦੀ ਹੋਵੇ 5-6 ਪਿੰਡਾਂ ਦਾ ਆਰਾਮ ਨਾਲ ਜ਼ਮੀਨ ਹੈ, ਬਹੁਤ ਵੱਡਾ ਰਕਬਾ ਜਿਹੜਾ ਇਹਦੇ ਵਿੱਚ ਤਬਾਹ ਹੋ ਚੁੱਕਿਆ ਸਾਰਾ। ਮੇਨ ਕਾਰਨ ਕੀ ਆ? ਮੇਨ ਪੁਆਇੰਟ ਕੀ ਹੈ? ਸੀਐਮ ਇੱਥੇ ਆਇਆ ਨਹੀਂ ਗਾ, ਲੰਡੂ ਜਿਹਾ MLA ਆ ਕੇ ਮੁੜ ਜਾਂਦੇ ਨੇ ਸਾਨੂੰ, ਅਸੀਂ ਪੁੱਛਿਆ ਜਿਹਦੇ ਵੀ ਕਿਸਾਨਾਂ ਨਾਲ ਸਾਡੇ ਨਾਲ ਗੱਲਬਾਤ ਕਰੀ ਆ, ਲੰਡੂ ਜਿਹਾ ਮਾੜੇ ਮੋਟੀ ਜਾਂ DC ਆ ਕੇ ਮੁੜ ਜਾਂਦਾ ਜਾਂ ਥੋੜ੍ਹਾ ਮੋਟੀ ਆਰਮੀ ਆਈ ਹੋਈ ਹੈ ਯਾਰ। ਐਡੇ ਵੱਡੇ ਪੰਜਾਬ ਦਾ ਐਡਾ ਵੱਡਾ ਰਕਬਾ ਤਬਾਹ ਹੋ ਗਿਆ, CM ਦਾ ਫਰਜ਼ ਨਹੀਂ ਬਣਦਾ, ਕੈਪਟਨ ਦਾ ਫਰਜ਼ ਨਹੀਂ ਬਣਦਾ ਵੀ ਆ ਕੇ ਇਹਨੂੰ ਚੈੱਕਅਪ ਦੇਖੇ। ਮੇਰਾ ਕੱਲ੍ਹ ਵੀ ਮੈਂ ਇਹੀ ਗੱਲਬਾਤ ਕਰ ਰਿਹਾ ਸੀਗਾ, ਇੱਕ ਪੰਜਾਬ ਦਾ ਮਾਲਕ ਆ CM, ਠੀਕ ਹੈ, ਉਹਨੇ ਆ ਕੇ ਦੇਖਣਾ ਸਾਰਾ ਕੁਝ, ਨੋਟਿਸ ਕਰੇ, ਠੀਕ ਆ, ਕੋਈ ਇੱਥੇ ਇਸ ਤੋਂ ਬਾਅਦ 'ਚ ਕੀ ਕਰੂਗਾ, ਇਸ ਤੋਂ ਬਾਅਦ 'ਚ ਇਸ ਤੋਂ ਬਾਅਦ ਕੀ ਹੋਣਾ ਜਦੋਂ ਇਸ ਤੋਂ ਬਾਅਦ ਮੰਨ ਕੇ ਚੱਲ ਪੂਰਾ ਆਪਣਾ ਬਣ ਕੇ ਜਾਊਗਾ, ਮੁਆਵਜ਼ੇ ਦੀ ਜਿਹੜੀ ਗੱਲ ਜਾਊਗੀ, ਪਟਵਾਰੀ ਜਿਹੜੇ ਬਣਾ ਕੇ ਲੈ ਕੇ ਜਾਣਗੇ ਉਹ ਗਲਤ ਸਾਰੀਆਂ ਰਿਪੋਰਟਾਂ ਜਾਣਗੀਆਂ, ਪੂਰੀ ਅਸਲੀਅਤ ਦਿਖਾਉਂਦੇ ਨਹੀਂ ਪਟਵਾਰੀ ਕੀ ਕਰਦੇ ਨੇ। ਜਾਂ ਜਿਵੇਂ ਕਿ ਮੰਨ ਕੇ ਚੱਲ ਪਟਵਾਰੀ ਕਰਨ ਕੋਲ ਜਿਨ੍ਹਾਂ ਦੀ ਵੀ ਡਿਊਟੀ ਲੱਗੀ ਹੁੰਦੀ ਆ ਰੈਵਨਿਊ ਡਿਪਾਰਟਮੈਂਟ ਦੀ ਜਾਂ DC ਦੀ, ਉਹ ਰਕਬਾ ਕਿਤੇ ਹੋਰ ਦਾ ਇੱਧਰਲਾ ਰਕਬਾ ਚੱਕ ਕੇ ਪਾ ਦੇਣ, ਪੂਰਾ ਐਸਟੀਮੇਟ ਪੂਰਾ ਜਿਹੜੀ ਕਿਸਾਨਾਂ ਦੀ ਅਸਲੀ ਹਾਲਤ ਆ ਉਹ ਕੋਈ ਨਹੀਂ ਦਿਖਾਉਂਦੇ। ਮੇਰੀ CM ਨੂੰ ਗੁਜ਼ਾਰਿਸ਼ ਹੈ ਕਿ ਇੱਥੇ ਆ ਕੇ ਕਿਉਂ ਨਹੀਂ ਦੇਖ ਸਕਦਾ ਯਾਰ, ਆ ਕੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਨੇ, ਇਹ ਪਾੜ ਬੰਦ ਵੀ ਹੋ ਸਕਦਾ। ਦੂਜੀ ਗੱਲ ਇਹ ਆ, ਇਹ ਸੁਣੀ ਗਈ ਆ ਗੱਲ ਵੀ ਇਹ ਜਿਹੜਾ ਪਾੜ ਆ ਉਹ ਕਿਉਂ ਨਹੀਂ ਬੰਦ ਕੀਤਾ ਜਾ ਰਿਹਾ, ਉਹ ਕਹਿੰਦੇ ਵੀ ਜਿਹੜਾ ਹੋਰ ਜਿਹੜਾ ਵੀ ਇਹ ਤਾਂ ਤਬਾਹ ਹੋਈ ਹੈ ਵੀ ਜਿਹੜਾ ਅੱਗੇ ਵੀ ਰਕਬਾ ਤਬਾਹ ਹੋ ਸਕਦਾ, ਅਸੀਂ ਇਸ ਗੱਲ ਨਾਲ ਵੀ ਐਗਰੀ ਹਾਂ। ਪਰ ਜਿਹੜਾ ਇਹਨਾਂ ਨੂੰ ਪੂਰਾ ਮੁਆਵਜ਼ਾ ਘੱਟੋ ਘੱਟ ਇਹਨਾਂ ਨੂੰ 70-80 ਹਜ਼ਾਰ ਰੁਪਇਆ ਏਕੜ ਦਾ ਮਿਲਣਾ ਚਾਹੀਦਾ, 70-80 ਹਜ਼ਾਰ ਰੁਪਇਆ ਏਕੜ ਦਾ ਮੁਆਵਜ਼ਾ ਮਿਲਣਾ ਚਾਹੀਦਾ, ਇੰਨੀ ਜਿੰਨੇ ਸਾਰੀਆਂ ਫਸਲਾਂ ਤਬਾਹ ਹੋ ਗਈਆਂ। ਜਿਹੜਾ ਨੁਕਸਾਨ ਮੋਟਰਾਂ ਦਾ ਜਿੰਨਾ ਹੋਰ ਨੁਕਸਾਨ ਹੋਊਗਾ ਉਹ ਨੁਕਸਾਨ ਵੱਖ ਹੈ। ਕਈ ਥਾਵਾਂ 'ਤੇ ਹੁਣ ਮੂਣਕ ਦੇ ਜਿਹੜੇ ਪਿੰਡ ਨੇਗੇ ਉਹਨਾਂ ਦੇ ਘਰਾਂ ਦੇ ਵਿੱਚ ਇੱਧਰ ਪਾਣੀ ਵੜ ਚੁੱਕਿਆ, ਇੱਧਰ ਨਾਲ ਜਿਹੜਾ ਏਰੀਆ ਬੱਸ ਸਟੈਂਡ ਦਾ ਏਰੀਆ ਉੱਥੇ ਪਾਣੀ ਵੜ ਚੁੱਕਿਆ ਯਾਰ। ਐਡੀਆਂ ਆਪਣੀਆਂ ਸਰਕਾਰਾਂ ਮਾੜੀਆਂ ਕਿਉਂ ਨੇਗੀਆਂ? ਮੇਰੇ ਤਾਂ ਇੰਨਾ ਗਿੱਲਾ ਸ਼ਿਕਵਾ ਇਹ CM ਦੇ ਨਾਲ ਵੀ, ਕਿਤੇ ਜਿਹੜਾ ਐਡਾ ਪਹਿਲਾਂ ਆਪਣੇ ਫਤਿਹਵੀਰ ਵਾਲਾ ਐਡਾ ਵੱਡਾ ਕਾਂਡ ਹੋਇਆ ਸੀ, ਸਾਰਾ ਉਹਨੂੰ ਆਲ ਵਰਲਡ ਦੇਖ ਰਿਹਾ ਸੀਗਾ, ਉੱਥੇ ਨਹੀਂ ਪਹੁੰਚਿਆ, ਇੱਥੇ ਨਹੀਂ ਪਹੁੰਚਿਆ, ਇੱਥੇ MLA ਜਾ ਕੇ ਥੋੜ੍ਹਾ ਮੋਟਾ ਪ੍ਰਸ਼ਾਸਨ ਆ ਕੇ ਮੁੜ ਜਾਂਦਾ, ਗੇੜਾ ਦੇ ਕੇ ਮੁੜ ਜਾਂਦਾ, ਹੱਲ ਤਾਂ ਕੁਝ ਨਹੀਂ ਹੋਣਾ। ਜਿੰਨਾ ਮੰਨ ਕੇ ਚੱਲ ਨੁਕਸਾਨ ਹੋਇਆ ਉਨਾ ਨੁਕਸਾਨ ਨਹੀਂ ਮਿਲ ਰਿਹਾ। ਮੈਂ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦਾ ਸਾਡੇ ਵੀਰਾਂ ਦਾ, ਆਪਣੇ ਇਹ ਕਾਲ ਬਣਜਾਰਾ ਪਿੰਡ ਉਹਨਾਂ ਦਾ ਲਹਿਰਾ ਕਾਕਿਆ ਕੋਲੇ ਪਿੰਡ ਹੈ, ਇਹ ਟਰਾਲੀ ਭਰ ਕੇ ਰਾਸ਼ਨ ਦੀ ਲੈ ਕੇ ਆਏ ਨੇ, ਉੱਧਰ ਲੰਗਰ ਚੱਲ ਰਿਹਾ ਉੱਥੇ ਵੀ ਪਹੁੰਚਾਵਾਂਗੇ, ਇੱਧਰ ਜਿਹੜੇ ਘਰਾਂ 'ਚ ਆ ਉੱਥੇ ਵੀ ਪਹੁੰਚਾਵਾਂਗੇ। ਮੈਂ ਇਹਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਾਲ ਬਣਜਾਰੇ ਦੇ ਇਹਨਾਂ ਦਾ ਨੌਜਵਾਨਾਂ ਦਾ, ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਿਆ, ਅਤੇ ਜਿੰਨਾ ਕਿ ਜਿਵੇਂ ਕਿ ਹਰਾ ਚਾਰਾ ਬੀਜਿਆ ਹੋਇਆ ਸੀ ਪਸ਼ੂਆਂ ਨੂੰ ਸਾਰਾ ਉਹ ਤਬਾਹ ਹੋ ਚੁੱਕਿਆ, ਸਾਰੇ ਲੋਕ ਉੱਜੜ ਚੁੱਕੇ ਨੇ, ਉੱਜੜਨਾ ਹੀ ਹੋਗਾ ਕਿਉਂਕਿ ਘੱਟੋ ਘੱਟ ਇਹਨਾਂ ਦੇ 3-4 ਵਾਰੀ ਇਹ ਮਾਰ ਪੈ ਚੁੱਕੀ ਹੈ, ਇਦੋਂ ਪਹਿਲਾਂ ਵੀ ਕਈ ਵਾਰੀ ਮਾਰ ਪੈ ਚੁੱਕੀ ਹੈ ਇਹਨਾਂ ਦੇ, ਹਰ ਟਾਈਮ ਮਾਰ ਪੈਂਦੀ ਹੈ, ਘੱਗਰ ਦਾ ਇੰਨਾ ਪਾਣੀ ਚੜ੍ਹ ਕੇ ਆਉਂਦਾ, ਇਹ ਸਾਰਾ ਪਾਣੀ ਪਟਿਆਲਾ ਸ਼ਹਿਰ ਦਾ ਹੋ ਗਿਆ, ਇਦੋਂ ਪਿਛਲੇ ਸ਼ਹਿਰਾਂ ਦਾ ਹੋ ਗਿਆ, ਇਦੋਂ ਪਿਛਲੇ ਪਿੰਡਾਂ ਦਾ ਹੋ ਗਿਆ, ਇਹ ਸਾਰਾ ਪਾਣੀ ਘੱਗਰ 'ਚ ਇਕੱਠਾ ਹੋ ਕੇ ਆਉਂਦਾ, ਇੱਥੇ ਆ ਕੇ ਸਾਰਾ ਪਾਣੀ ਇਕੱਠਾ ਹੁੰਦਾ।
ਪਿੱਛੇ ਜਿਹੜਾ ਪਾੜ ਪਿਆ ਉਹਨੂੰ ਬੰਦ ਕਰਨ 'ਤੇ ਲੱਗੀ ਹੋਇਆ ਆਰਮੀ ਉਹਨੂੰ ਕਹਿ ਕੇ, ਕਿਉਂਕਿ ਹੁਣ ਕਹਿੰਦੇ ਵੀ ਬੰਦ ਨਹੀਂ ਕਰ ਰਹੇ, ਸਾਨੂੰ ਪਿੱਛੋਂ ਖਬਰ ਆਈ ਆ ਵੀ ਅਸੀਂ ਬੰਦ ਨਹੀਂ ਕਰ ਸਕਦੇ, ਵੀ ਜਿਹੜਾ ਵੀ ਪਿੱਛੇ ਨੁਕਸਾਨ ਹੋ ਸਕਦਾ। ਪਰ ਸਾਡੇ ਕਿਸਾਨ ਭਰਾਵਾਂ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਚੁੱਕਿਆ। ਜਿਵੇਂ ਵੀ ਕੋਈ ਵੀ ਹੈਲਪ ਕਰਨਾ ਚਾਹੁੰਦਾ ਇੱਥੋਂ ਆ ਸਕਦੇ, ਤੁਸੀਂ ਇਹ ਪਿੰਡਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਸਿੱਧਾ। ਕੋਈ ਵੀ ਜਿਵੇਂ ਸਾਡੇ ਬਾਹਰਲੇ ਭਰਾ ਬੈਠੇ ਨੇਗੇ, ਕਿਉਂਕਿ ਕਿਸਾਨਾਂ ਦੇ ਕਿਸੇ ਕੋਲ 2 ਕਿੱਲੇ ਨੇ, ਕਿਸੇ ਕੋਲ 5 ਕਿੱਲੇ ਨੇਗੇ, ਸਾਰਿਆਂ ਦੇ ਇਹਨਾਂ ਦੇ ਪੱਠੇ ਇਹਨਾਂ ਦੇ ਪਸ਼ੂਆਂ ਨੂੰ ਪਾਉਣ ਨੂੰ ਹੈ ਨੀਗੇ। ਕਿਉਂਕਿ ਮੇਨ ਗੱਲ ਆ ਪਸ਼ੂਆਂ ਦਾ ਬਹੁਤ ਔਖਾ ਹੁੰਦਾ, ਹਰ ਇੱਕ ਘਰ ਦੇ ਜ਼ਿਮੀਂਦਾਰ ਦੇ ਘਰ 5-5, 4-4 ਡੰਗਰ ਰੱਖੇ ਹੁੰਦੇ ਨੇਗੇ, ਉਹਨਾਂ ਦਾ ਮੰਨ ਕੇ ਚੱਲ ਖਾਣ ਨੂੰ ਹਰਾ ਚਾਰਾ ਸਾਰਾ ਖਤਮ ਹੋ ਚੁੱਕਿਆ। ਇਸ ਤਰ੍ਹਾਂ ਦੀਆਂ ਜਿਹੜੀ ਵੀ ਤੁਸੀਂ ਸਹਾਇਤਾ ਕਰ ਸਕਦੇ ਹੋ, ਜਿੰਨੀ ਵੀ ਕਰਨੀ ਚਾਹੀਦੀ ਹੈ, ਇਹ ਕੁਦਰਤੀ ਆਫਤ ਆਪਣੇ ਦੀ ਵੀ ਆ ਸਕਦੀ, ਜਿਹੜੇ ਕਿ ਹੁਣ ਸਾਰਾ ਪੰਜਾਬ ਦੇਖ ਰਿਹਾ, ਕਈ ਥਾਵਾਂ 'ਤੇ ਪੰਜਾਬ 'ਚ ਬੜੀ ਖੁਸ਼ਹਾਲੀ ਹੈ, ਫਸਲਾਂ ਵਧੀਆ ਖੜੀਆਂ ਨੇਗੀਆਂ, ਇਹ ਆਫਤ ਆਪਣੇ 'ਤੇ ਵੀ ਆ ਸਕਦੀ, ਕਦੋਂ ਵੀ ਆਫਤ ਆ ਸਕਦੀ ਹੈ। ਖਾਸ ਕਰਕੇ ਆਪਣਾ ਜਿਹੜਾ ਪੰਜਾਬ ਆ ਉਹ ਤਾਂ ਪਹਿਲਾਂ ਹੀ ਅੰਨਦਾਤਾ ਮੰਨਿਆ ਜਾਂਦਾ ਆਪਣੇ ਪੰਜਾਬ ਦੇ ਵਿੱਚ ਹਜੇ ਵੀ, ਕਿਉਂਕਿ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਆਏ ਆਫਤ ਨਹੀਂ ਆਈ, ਹਰ ਇੱਕ ਦੇ ਘਰੇ ਜ਼ਿਮੀਂਦਾਰ ਦੇ ਘਰੇ 100-100 ਕੁਇੰਟਲ ਕਣਕ ਵੈਸੀ ਪਈ ਹੁੰਦੀ ਆ, ਇੰਨੀ ਪਈ ਆਉਂਦਾ ਅਨਾਜ ਵੈਸੀ, ਅਤੇ ਤੁਸੀਂ ਇੱਥੇ ਆ ਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਪਸ਼ੂਆਂ ਦੀ ਕਿਸ ਤਰ੍ਹਾਂ ਦੀ ਵੀ। ਅਸੀਂ ਹੁਣ ਦੂਸਰਾ ਜਾ ਕੇ ਲਾਈਵ ਹੋਣੀ ਸੀ, ਹੁਣ ਅਸੀਂ ਪਾੜ ਕੱਲੀ ਵੀ ਜਾ ਕੇ ਲਾਈਵ ਹੋਵਾਂਗੇ, ਤੁਹਾਨੂੰ ਉਹ ਵੀ ਪੂਰੀ ਕੰਡੀਸ਼ਨ ਦਿਖਾਉਣੇ ਆ। ਇੱਕ ਵਾਰੀ ਹੋਰ ਦਿਖਾ ਵੀ ਇੱਧਰ ਸਾਰੇ ਹਾਲਾਤ ਮਾੜੇ ਵੀ ਕਿੱਡਾ ਕਿੱਡਾ ਪਾਣੀ ਖੜਾ, ਤਕਰੀਬਨ ਨਜ਼ਰ ਤਾਂ ਮੈਂ ਕਹਿੰਦਾ ਜਾਂਦੀ ਨਹੀਂ, ਖਤਮ ਹੋ ਜਾਂਦੀ ਹੈ ਵੀ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ ਵੀ ਇੱਥੇ ਪਾਣੀ ਘੱਟ ਹੈ, 10-10 ਫੁੱਟ ਪਾਣੀ ਆ। ਇੱਧਰ ਨੂੰ ਥੋੜ੍ਹਾ ਉੱਚਾ ਇਲਾਕਾ ਹੈ ਅਤੇ 10-10 ਫੁੱਟ ਪਾਣੀ ਆ ਜਿਹੜਾ ਤੁਸੀਂ ਦੇਖਿਆ ਜਾ ਰਿਹਾ। ਨੋਰਮਲੀ ਗੱਲ ਹੈ ਮੋਟਰਾਂ ਦੇ ਪਰਾਂ ਵਾਲੇ ਪਾਸੇ ਮੋਟਰਾਂ ਜਿਹੜੇ ਕੋਠੇ ਨੇ ਉਹ ਸਾਰੇ ਪਾਣੀ ਦੇ ਵਿੱਚ ਦੱਬ ਚੁੱਕੇ ਨੇਗੇ, ਅਤੇ ਸਰਕਾਰਾਂ ਨੂੰ ਬੇਨਤੀ ਇਹੀ ਆ ਵੀ ਸਰਕਾਰਾਂ ਦਾ ਫਰਜ਼ ਬਣਦਾ ਯਾਰ, ਯਾਰ ਹੁਣ ਉਹਨੂੰ ਇੱਕ ਪੰਜਾਬ ਦਾ ਸੀਐਮ ਲਾਇਆ, ਠੀਕ ਹੈ, ਕਿਤੇ ਮੈਂ ਕਿਤੇ ਵੀ ਕੋਈ ਵੱਡੀ ਆਫਤ ਆਉਂਦੀ ਹੈ ਮੈਂ ਕਿਤੇ ਆਫਤ 'ਤੇ ਆਉਂਦਾ ਆਪ ਨਹੀਂ ਦੇਖਿਆ। ਜਦੋਂ ਦਾ ਇਲੈਕਸ਼ਨ ਹੋਈ ਹੈ, ਜਦੋਂ ਦਾ MLA ਬਣਿਆ, ਘੱਟੋ ਘੱਟ 3-4 ਹਫ਼ਤਾ CM ਬਣਿਆ, ਯਾਰ ਫੋਨ ਕੱਟਦੇ ਯਾਰ ਉਹਦੇ ਵਿੱਚ ਯਾਰ, ਤੂੰ ਜਦੋਂ ਯਾਰ 3-4 ਆਫਤਾਂ ਆਈਆਂ ਨੇਗੀਆਂ ਉਦੋਂ ਜਦੋਂ ਦਾ CM ਬਣਿਆ 3-4 ਵਾਰੀ ਆਫਤ ਆ ਚੁੱਕੀ ਹੈ ਇਸ ਤਰ੍ਹਾਂ ਦੀ ਕੁਦਰਤੀ। ਯਾਰ ਪੰਜਾਬ ਦੇ ਵਿੱਚ ਆ ਕੇ ਚੈੱਕ ਕਰੇ ਆਪਦਾ ਸਾਰਾ ਠੀਕ ਹੈ, ਕੈਬਨਿਟ ਮੰਤਰੀ ਲਿਆਵੇ ਆਪਦਾ ਠੀਕ ਹੈ, ਪ੍ਰਸ਼ਾਸਨ ਲਿਆ ਕੇ ਪੂਰਾ ਇਹਦਾ ਜਿੱਦਾਂ ਰਕਬਾ ਜਿਹੜਾ ਜਿਹੜਾ ਥੱਲੇ ਆਇਆ ਉਹਨੂੰ ਪੂਰੇ ਨੂੰ ਪੂਰਾ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ। ਮੇਰੀ ਤਾਂ ਇਹੀ ਵਾਰ ਵਾਰ ਬੇਨਤੀ ਹੈ। ਇਹ ਹੁਣ ਇਸ ਤੋਂ ਬਾਅਦ 'ਚ ਪ੍ਰਸ਼ਾਸਨ ਭੈਣ ਦਾ ਯਾਰ ਐਡਾ ਮਾੜਾ ਪ੍ਰਸ਼ਾਸਨ ਹੈ, ਜਿਹੜਾ ਪਟਵਾਰੀ ਪਟਵੂਰੀ ਨੇ ਗਲਤ ਬਹੁਤ ਰਿਪੋਰਟਾਂ ਬਣਾ ਕੇ ਭੇਜਦੇ ਨੇ, ਖਾਸ ਕਰਕੇ ਸਾਡੇ ਪਿੰਡ ਦੇ ਵਿੱਚ ਮੈਂ ਦੇਖਿਆ ਇਹ ਗਲਤ ਰਿਪੋਰਟਾਂ ਸਾਰੇ ਥਾਵਾਂ 'ਤੇ ਰਿਵਨਿਊ ਡਿਪਾਰਟਮੈਂਟ ਬਣਾ ਕੇ ਭੇਜਦਾ। ਸਹੀ ਰਿਪੋਰਟਾਂ ਬਣਨੇ ਚਾਹੀਦੇ ਨੇ, ਜਿੰਨਾ ਰਕਬਾ ਨੀਚੇ ਆਇਆ ਸਹੀ ਰਕਬੇ ਦਾ ਪੂਰਾ ਇਹਨੂੰ ਮੁਆਵਜ਼ਾ ਮਿਲਣਾ ਚਾਹੀਦਾ। ਮੇਰੇ ਹਿਸਾਬ ਨਾਲ 60-70 ਹਜ਼ਾਰ ਰੁਪਇਆ ਪ੍ਰਤੀ ਏਕੜ ਮਿਲਣਾ ਚਾਹੀਦਾ, ਕਿਉਂਕਿ ਇਹ ਜਿਹੜਾ ਪਾਣੀ ਹੈ ਇਹ ਕਣਕ ਦੀ ਫਸਲ ਵੀ ਮੇਰੇ ਹਿਸਾਬ ਨਾਲ ਉੱਥੇ ਤੱਕ ਵੀ ਇਹ ਮਾਰ ਕਰ ਸਕਦਾ। ਇੰਨਾ ਪਾਣੀ ਹੈ, ਕੋਈ ਅੱਜ ਹੀ ਸੁੱਕਣ ਵਾਲਾ ਪਾਣੀ ਨਹੀਂ ਹੈਗਾ ਵੀ ਇਹ 1-2 ਮਹੀਨੇ 'ਚ ਪਾਣੀ ਸੁੱਕ ਜੂਗਾ, ਅਤੇ CM ਦਾ ਫਰਜ਼ ਬਣਦਾ। ਮੈਂ ਵਾਰ ਵਾਰ ਬੇਨਤੀ ਕਿਉਂ ਕਰ ਰਿਹਾ, ਕਿਉਂਕਿ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਜਿਵੇਂ ਕਿ ਇੱਕ ਸਾਡਾ ਕਿਸਾਨ ਖੇਤੀ ਕਰਦਾ ਹੁੰਦਾ, ਜੇ ਕਿਤੇ ਉਹ ਖੇਤ ਦੇ ਵਿੱਚ ਨਾ ਜਾਵੇ, ਜੇ ਆਪਦੇ ਨੌਕਰਾਂ ਤੋਂ ਉਮੀਦ ਕਰੇ ਵੀ ਮੇਰੇ ਨੌਕਰ ਪੂਰੀ ਮੈਨੂੰ ਫਸਲ ਮੈਨੂੰ ਪੂਰਾ ਮੁਨਾਫਾ ਦੇ ਦੇਣਗੇ, ਉਹਨਾਂ ਕੰਮ ਨੌਕਰ ਨਹੀਂ ਕਰ ਸਕਦੇ। ਇਹਦੇ ਨੌਕਰ ਕੌਣ ਨੇ? ਇਹਦਾ ਨੌਕਰ ਹੁਣ CM ਦੇ ਨੌਕਰ ਕੌਣ ਨੇਗੇ? CM ਦੇ ਨੌਕਰ MLA, ਕੈਬਨਿਟ ਮੰਤਰੀ, DC, ਸਾਰਾ ਪ੍ਰਸ਼ਾਸਨ ਇਹਦੇ ਨੌਕਰ ਨੇਗੇ। ਜੇ ਕਿਤੇ ਇਹ ਆਪ ਆ ਕੇ ਦੇਖੇ ਯਾਰ CM ਨੂੰ ਐਡੇ ਕਿੱਡੇ ਕੁ ਮੈਨੂੰ ਰੁਝਾਵੇਂ ਨੇ ਵੀ ਜਿਹੜਾ ਆ ਕੇ ਐਡਾ ਵੱਡਾ ਦੇਖ ਨਹੀਂ ਸਕਦਾ। ਹੈਲੀਕਾਪਟਰ ਜਿਹੜਾ ਤੁਰ ਕੇ ਕਿਹੜਾ ਦੇਵੇ? ਹੈਲੀਕਾਪਟਰ 'ਚ ਦੇਣ ਨੂੰ ਦੱਸ ਕੀ ਆ, ਕਿਉਂਕਿ ਤੁਰ ਕੇ ਅਸੀਂ ਆਹ ਵੀ ਲੋਕ ਬੰਦੀ ਨੇਗੇ, ਦੇਖੇ ਪੂਰਾ ਆ ਕੇ 2 ਦਿਨ ਲਾਵੇ ਇੱਥੇ ਆ ਕੇ ਰਹੇ, ਠੀਕ ਹੈ, ਪੂਰਾ ਲੋਕਾਂ ਦਾ ਦੁੱਖ ਸੁੱਖ ਸੁਣੇ, ਫਰਜ਼ ਬਣਦਾ ਹੈ ਯਾਰ ਐਡੀਆਂ। ਆਪਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਲੋਕਾਂ ਨੂੰ ਵੀ ਤੁਸੀਂ ਲੋਕ ਵੀ ਥੋੜ੍ਹਾ ਜਿਹਾ ਆਪਾਂ ਫੁੱਦੂ ਹਾਂ, ਇਸ ਤਰ੍ਹਾਂ ਦੇ ਬੰਦੇ ਨੂੰ ਮੇਰੇ ਹਿਸਾਬ ਨਾਲ ਨਹੀਂ ਚੁਣਨਾ ਚਾਹੀਦਾ ਵੀ ਜਿਹੜੇ ਆ ਕੇ ਅੱਜ ਤੱਕ ਆਇਆ। ਫਤਿਹਵੀਰ ਵਾਲੀ ਆਫਤ ਆਈ, ਹੋਰ ਆਈ ਕਿੰਨੀਆਂ ਆਫਤਾਂ ਆਈਆਂ ਵੀ ਕਿਤੇ ਨਹੀਂ ਆ ਕੇ ਮਾਂ ਦਾ ਪੁੱਤ ਖੜਦਾ, ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਰਹਿੰਦਾ। ਹੁਣ ਅਸੀਂ ਅਗਲੀ ਵਾਰ ਜਿਹੜਾ ਦੂਜਾ ਲਾਈਵ ਹੋਣੀ ਸੀ ਉੱਥੇ ਪਹਾੜ 'ਤੇ ਜਾ ਕੇ ਹੋਵਾਂਗੇ ਵੀ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਆਪਣੇ ਕਿਸਾਨ ਭਰਾਵਾਂ ਦੀ ਜੋ ਕੋਈ ਮਦਦ ਕਰਨਾ ਚਾਹੁੰਦਾ ਕਰ ਸਕਦਾ, ਕਿਉਂਕਿ ਫਸਲ ਤਬਾਹ ਹੋ ਗਈ ਅਤੇ ਹੱਕ ਬਣਦਾ ਆਪਣਾ ਸਾਰਿਆਂ ਦਾ ਖੜਨ ਦਾ।
ਅਤੇ ਧੰਨਵਾਦ। ਹੁਣ ਅਸੀਂ ਅਗਲਾ ਤੁਹਾਨੂੰ ਪਾੜ ਕੇ ਉੱਥੇ ਜਾ ਕੇ ਦਿਖਾਵਾਂਗੇ ਉੱਥੇ ਕੀ ਹਾਲਾਤ ਕੀ ਗੱਲਬਾਤ ਚੱਲ ਰਹੀ ਹੈ। ਯਾਰ ਦੋਸਤੀ ਹੈ ਪਿੰਡੋਂ ਮਿੱਤਰ ਦੀ, ਸਾਰੇ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ, ਜਿੰਨਾ ਵੀ ਇਹਨਾਂ ਦੀ ਅਸੀਂ ਆਰਥਿਕ ਜਾਂ ਮਾਲੀ ਸਹਾਇਤਾ ਵਾਸਤੇ ਮੇਰੇ ਪਿੰਡ ਤੋਂ ਦਿੱਤਾ ਸੀ, ਉਹਦੇ ਦੇਣ ਆਇਆ ਮੇਰੇ ਨਾਲ ਇਹ ਬਾਈ ਹਮੀਰਗੜ੍ਹ ਤੋਂ ਟਾਰਜਨ ਮਹਿਕਮੇ ਵਾਲੇ ਅਤੇ ਭਾਨਾ ਸਿੱਧੂ ਕੋਟ ਦੋਨੇ ਤੋਂ, ਇਹ ਵੀ ਨਾਲ ਇਹਨਾਂ ਨੂੰ ਵੀ ਆਇਆ ਬਾਈਆਂ ਨੇ, ਇਹਨਾਂ ਨੇ ਵੀ ਸਹਿਯੋਗ ਦਿੱਤਾ ਸਾਡੇ ਨਾਲ ਆ ਕੇ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਪਿੰਡ ਵਾਲਿਆਂ ਦਾ ਬਈ, ਅਤੇ ਇਹਨਾਂ ਦਾ ਬਈ, ਇਹਨਾਂ ਨੂੰ 5500 ਰੁਪਈਆ ਅਸੀਂ ਮਾਲੀ ਮਦਦ ਕਰਦੇ ਹਾਂ, ਆਰਥਿਕ ਸਹਾਇਤਾ ਕਰਦੇ ਹਾਂ, ਅਤੇ ਬਾਕੀ ਜੋ ਵੀ ਇਹਨੂੰ ਮਾਲੀ ਲੋੜ ਆ ਗਈ ਕਿਸੇ ਅਨਾਜ ਦੀ ਜਾਂ ਕਿਸੇ ਵੀ ਤਰ੍ਹਾਂ ਦੀ, ਅਸੀਂ ਸਕਦੇ ਹੋ ਇਹਨਾਂ ਦੇ ਘਰ ਦੀ ਕੀ ਤਰਸਯੋਗ ਹਾਲਤ ਆ ਵਿਚਾਰਿਆਂ ਦੀ, ਘਰ ਡਿੱਗਿਆ ਪਿਆ, ਕੰਧਾਂ ਡਿੱਗੀਆਂ ਪਈਆਂ ਨੇ, ਬਾਥਰੂਮ ਆਏ ਪਾਣੀ ਭਰਿਆ ਪਿਆ, ਇਹਨਾਂ ਨੂੰ ਕਿਤੇ ਬੈਠਣ ਕਰਨ ਨੂੰ ਥਾਂ ਨਹੀਂ ਹੈਗਾ, ਅਤੇ ਅੰਦਰ ਤੇ ਬਾਹਰ ਜਾਣਾ ਰਸਤਾ ਬਾਹਰ ਅੰਦਰ ਜਾਣ ਆਉਣ ਜਾਣ ਵਾਸਤੇ ਵੀ ਅਸੀਂ ਹੁਣ ਦੇਖ ਕੇ ਆਏ ਵੀ ਅਸੀਂ ਆਪ ਖੁਦ ਕਿਵੇਂ ਚੱਲ ਕੇ ਆਏਗੇ, ਕਿਵੇਂ ਟੱਪ ਕੇ ਆਏਗੇ। ਮੈਂ ਬਾਕੀ ਜਿੰਨੇ ਜੋ ਵੀ ਮੇਰੇ ਯਾਰ ਦੋਸਤ ਮੇਰੇ ਨਾਲ ਆਏ ਨੇ ਜੁੜੇ ਨੇ, ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਹਾਲਾਤ ਬਾਬੇ ਬਹੁਤ ਮਾੜੇ ਨੇਗੇ, ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਘਰਾਂ ਦੇ ਵਿੱਚ ਪਾਣੀ ਭਰਿਆ ਪਿਆ, ਕੰਧਾਂ ਡਿੱਗ ਪਈਆਂ ਵਿਚਾਰਿਆਂ ਦੀਆਂ, ਇਹ ਪਾਣੀ ਆਣੀ ਪਤਾ ਕਿੰਨਾ ਕੁ ਨੁਕਸਾਨ ਕਰੂ, ਇੱਧਰ ਨਾਲ ਵਾਲੇ ਘਰਾਂ ਦਾ ਵੀ ਨੁਕਸਾਨ ਕਰ ਸਕਦਾ, ਸਾਰਿਆਂ ਦਾ ਕਰ ਸਕਦਾ ਨੁਕਸਾਨ। ਮੇਨ ਜਿਹੜੀ ਮੇਨ ਕਾਰਨ ਆ, ਜਿਹੜਾ ਮੇਨ ਸਾਰਾ ਪੁਆਇੰਟ ਆ, ਅਗਲਾ ਕਹਿੰਦਾ ਵੀ ਸਰਕਾਰ 'ਤੇ ਕਿਉਂ ਦੋ ਦਿੱਤੇ ਜਾਂਦੇ, ਸਰਕਾਰ 'ਤੇ ਤਾਂ ਦੋ ਦਿੱਤੇ ਜਾਂਦੇ ਨੇ ਕਿਉਂਕਿ ਇਹ ਬੱਚਿਆਂ ਨੂੰ ਇੱਥੇ ਜਿਹੜੇ ਹੁਣ ਘਰ ਦੇ ਵਿੱਚ ਫਸੇ ਪਏ ਨੇਗੇ, ਪਰਿਵਾਰ ਜਿਹੜੇ ਫਸੇ ਪਏ ਨੇਗੇ, ਹੁਣ ਇਹਨਾਂ ਨੂੰ ਯਾਰ ਵੀ ਸੁਰੱਖਿਅਤ ਚੰਗੀ ਜਗ੍ਹਾ 'ਤੇ ਇਹਨਾਂ ਨੂੰ ਬਿਮਾਰੀਆਂ ਲੱਗੀਆਂ ਨੇ, ਜਵਾਕਾਂ ਨੂੰ ਬਿਮਾਰੀ ਲੱਗ ਸਕਦੇ ਨੇ, ਸਕੂਲ ਨਹੀਂ ਜਾ ਸਕਦੇ ਜਵਾਕ, ਯਾਰ ਸਰਕਾਰੀ ਕਿਸੇ ਅਫਸਰ ਦਾ ਫਰਕ ਫਰਜ਼ ਨਹੀਂ ਬਣਦਾ ਇੱਥੇ ਆ ਕੇ ਦਾ, ਠੀਕ ਹੈ ਚੈੱਕ ਕਰਨ ਆਉਣਾ, ਘਰ ਦੇ ਕੰਧਾਂ ਡਿੱਗੀਆਂ ਆ, ਨਾਲ ਵਾਲੇ ਘਰਦਿਆਂ ਵੀ ਡਿੱਗਣਗੇ ਆ, ਹੋਰ ਵੀ ਡਿੱਗਣਗੇ ਆ, ਕੋਈ ਬੱਚੇ ਨੇ ਕੋਈ ਗੱਲ ਨਹੀਂ ਰਹਿਣ ਦੇ, ਕੋਈ ਗੱਲ ਨਹੀਂ ਬੱਚਿਆਂ ਨੂੰ, ਕੋਈ ਗੱਲ ਨਹੀਂ, ਨਹੀਂ ਰਹੀ ਮਾਤਾ ਕੋਈ ਗੱਲ ਨਹੀਂ, ਬੱਚਿਆਂ ਨੂੰ ਰਹਿਣ ਦੇ ਕੋਈ ਗੱਲ ਨਹੀਂ, ਕੋਈ ਜ਼ਰੂਰੀ ਨਹੀਂ ਕੈਮਰੇ ਸਾਹਮਣੇ ਲਿਆਉਣਾ ਆਪਾਂ, ਅਤੇ ਐਵੇਂ ਸਾਰੇ ਇਹ ਪਾਣੀ ਭਰਿਆ ਪਿਆ, ਪ੍ਰਸ਼ਾਸਨ ਦਾ ਫਰਜ਼ ਬਣਦਾ ਜੀ ਬੱਚਿਆਂ ਨੂੰ ਕੱਢ ਕੇ ਕੋਈ ਵਧੀਆ ਕਿਸੇ ਜਗ੍ਹਾ 'ਤੇ ਬਿਠਾਇਆ ਜਾਵੇ, ਠੀਕ ਹੈ ਸਕੂਲ ਜਾਣ, ਇਹਨਾਂ ਨੂੰ ਕੋਈ ਖਾਣ ਪੀਣ ਦਾ ਪ੍ਰਬੰਧ ਕਰਿਆ ਜਾਵੇ, ਸਾਰੀਆਂ ਕੰਧਾਂ ਡਿੱਗੀ ਜਾਂਦੀਆਂ ਨੇਗੀਆਂ, ਹੋਰ ਪਤਾ ਨਹੀਂ ਪਿੰਡਾਂ ਦੇ ਕਿੰਨਾ ਕੁ ਨੁਕਸਾਨ ਹੋਏ ਨੇ, ਘੱਟੋ ਘੱਟ 5-6 ਪਿੰਡ ਨੇਗੇ ਪਾਣੀ ਦੇ ਜਿਹੜੀ ਮਾਰ ਦੇ ਵਿੱਚ ਆਏ ਹੋਏ ਨੇਗੇ, ਅਸੀਂ ਹੁਣ ਖੜਿਆ ਮੂਣਕ ਦੇ ਵਿੱਚ, ਇੱਧਰਲੇ ਵੀ ਪਿੰਡ ਹੈਗੇ ਨੇ ਉੱਥੇ ਵੀ ਅਸੀਂ ਜਾਵਾਂਗੇ, ਸਾਰੇ ਥਾਵਾਂ 'ਤੇ ਜਾਵਾਂਗੇ। ਸਮਾਨ ਲੈ ਕੇ ਆਉਂਦਾ ਜਿਹੜਾ ਮੁੰਡਾ ਇਹਨਾਂ ਦਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਾਲ ਬਣਜਾਰੇ ਤੋਂ, ਜਿਹੜੇ ਮੁੰਡੇ ਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਿਆ, ਆਰਥਿਕ ਪੱਖੋਂ ਪੈਸਿਆਂ ਪੱਖੋਂ ਜਿੰਨੀ ਕੁ ਅਸੀਂ ਮਦਦ ਕਰਨ ਯੋਗ ਅਸੀਂ ਕਰਕੇ ਜਾਵਾਂਗੇ। ਸਰਕਾਰਾਂ ਦੇ ਫਰਜ਼ ਬਣਦੇ ਨੇਗੇ ਵੀ ਅਸੀਂ ਜਿਵੇਂ ਹੁਣ ਆਫਤਾਂ ਆਉਂਦੀਆਂ ਨੇ ਹਰ ਇੱਕ ਆਫਤ 'ਚ ਆ ਕੇ ਦੇਖਣਾ, ਇੱਕ CM ਦਾ ਫਰਜ਼ ਬਣਦਾ, 5-6 ਪਿੰਡ ਡੁੱਬੇ ਪਏ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਘੱਟੋ ਘੱਟ 10-10 ਫੁੱਟ ਪਾਣੀ ਤੁਰਿਆ ਫਿਰਦਾ, ਇਹ ਹੱਕ ਬਣਦਾ ਵੀ ਆ ਕੇ ਦੇਖਿਆ ਜਾਵੇ। ਹੁਣ ਕੈਪਟਨ ਸਾਹਿਬ ਦਾ ਹੁਣ ਇਸ ਤੋਂ ਬਾਅਦ 'ਚ ਕੀ ਹੋਣਾ, ਹੁਣ ਜਿਹੜਾ ਅਸਲ ਜਿਹੜਾ ਮੁਆਵਜ਼ਾ ਮਿਲਦਾ, ਜਿਹੜਾ ਮੁਆਵਜ਼ਾ ਮਿਲੂਗਾ, ਮੁਆਵਜ਼ਾ ਜਿਹੜਾ ਆਉਂਦਾ ਉਹ ਮੁਆਵਜ਼ਾ ਸਹੀ ਤਰੀਕੇ ਨਾਲ ਨਹੀਂ ਮਿਲਦਾ, ਉਹਦੇ ਵਿੱਚੋਂ DC ਸਾਰੇ ਜਿੰਨੇ ਵੀ ਥੱਲੇ ਸਾਰਾ ਢਾਂਚਾ ਸਾਰਾ ਮੁਆਵਜ਼ਾ, ਜਿਹੜੇ ਹੁਣ ਜਿਵੇਂ ਹੁਣ ਇਹ ਪਰਿਵਾਰ ਤੱਕ ਮੁਆਵਜ਼ਾ ਸਰਕਾਰ ਤੱਕ ਕੋਈ ਮੁਆਵਜ਼ਾ ਨਹੀਂ ਪਹੁੰਚਦਾ, ਜੇ ਪਹੁੰਚੂਗਾ ਪਤਾ ਕਿੰਨਾ, 10-20 ਹਜ਼ਾਰ 'ਚ ਪਹੁੰਚੂਗਾ, 1-2 ਲੱਖ ਰੁਪਏ ਦਾ ਨੁਕਸਾਨ ਹੋਇਆ ਪਿਆ, ਘਰ ਦੀਆਂ ਕੰਧਾਂ ਡਿੱਗ ਪਈਆਂ, ਹੋਰ ਨੁਕਸਾਨ ਹੋਇਆ ਪਿਆ, ਗਰੀਬ ਪਰਿਵਾਰ ਹੈ, ਆਹ ਹੋਰ ਘਰਾਂ ਦੀਆਂ ਕੰਧਾਂ ਡਿੱਗਣ ਨੂੰ ਤਿਆਰ ਨੇਗੀਆਂ, ਸਰਕਾਰਾਂ ਦੇ ਫਰਜ਼ ਨੇਗੇ, ਇਹ ਨਿਭਾ ਨਹੀਂ ਰਹੀਆਂ ਆਪਾਂ ਵੀ ਥੋੜ੍ਹੇ ਜਿਹੇ ਪੰਜਾਬ ਦੇ ਲੋਕ ਕਮਲੇ ਆਪਣੇ ਵੱਲ ਆਪਾਂ ਇਹ ਝਾਤ ਨਹੀਂ ਮਾਰਦੇ ਵੀ ਕਿੱਦਾਂ ਕੌਣ ਕਿੱਦਾਂ ਬੰਦਾ ਆਪਣਾ ਕੰਮ ਕਰ ਸਕਦਾ ਕੌਣ ਨਾ ਕਰ ਸਕਦਾ, ਕਾਂਗਰਸ ਸਰਕਾਰ ਸਾਰੇ ਕੰਮਾਂ 'ਚ ਫੇਲ ਆ, ਪਤਾ ਕੈਪਟਨ ਸਾਹਿਬ ਨੂੰ ਸਿੱਧਾ ਕਹਿਣਾ, ਪਹਿਲਾਂ ਫਤਿਹਵੀਰ ਵਾਲੀ ਐਡੀ ਵੱਡੀ ਆਫਤ ਆਈ ਸੀ ਉਦੋਂ ਨਹੀਂ, ਅੱਜ ਤੱਕਰ ਹਾਲ ਤੱਕਰ ਕੈਪਟਨ ਦਾ ਕੋਈ ਬਿਆਨ ਨਹੀਂ ਆਇਆ, ਕੋਈ ਬਿਆਨ ਨਹੀਂ ਆਇਆ, ਸਾਡੇ CM ਸਾਹਿਬ ਦਾ ਕੋਈ ਕੈਬਨਿਟ ਮੰਤਰੀ ਦਾ ਬਿਆਨ ਨਹੀਂ ਆਇਆ, ਮੈਂ ਸਾਰਾ ਕੁਝ ਦੇਖੀ ਜਾਂਦਾ ਵੀ ਐਡੇ ਪਿੰਡ ਰੁੜ ਕੇ, ਜਦੋਂ ਯਾਰ ਜਦੋਂ ਬੰਦੇ ਮਰ ਜਾਂਦੇ ਨੇ ਜਦੋਂ ਖਤਮ ਹੋ ਜਾਂਦੇ ਨੇ ਤਾਂ ਉਦੋਂ ਪੁੱਛਦੇ ਨੇਗੇ ਵੀ ਜਦੋਂ ਜਮ੍ਹਾਂ ਹੁਣ ਜਮ੍ਹਾਂ ਖਤਮ ਹੋ ਗਿਆ ਉਦੋਂ ਜਾ ਕੇ ਪੁੱਛ ਗਿੱਛ ਹੋ ਜਾਂਦੀ ਆ, ਉਦੋਂ ਸਲਿਊਸ਼ਨ ਲੱਭਦੇ ਨੇਗੇ, ਹੁਣ ਅੱਜ ਤਾਂ ਹੁਣ ਆਹ ਘਰਾਂ 'ਚ ਪਾਣੀ ਆਇਆ, ਕੱਲ੍ਹ ਨੂੰ ਹੁਣ ਇਹ ਅੱਧੇ ਪਿੰਡ 'ਚ ਹੋਰ ਫਿਰ ਸਕਦਾ, ਹੁਣ ਤਾਂ ਇਹ ਤਾਂ ਸ਼ੁਰੂਆਤ ਹੀ ਆ, ਪਿੰਡਾਂ ਦੇ ਵਿੱਚ ਪਾਣੀ ਵੜਨ ਦੀ ਸ਼ੁਰੂਆਤ ਹੈ, ਅਤੇ ਕੱਲ੍ਹ ਨੂੰ ਹੋਰ ਸ਼ੁਰੂ ਇਹ ਵਧੂਗੀ, ਸਾਰੇ ਅੱਗੇ ਅੱਗੇ ਪਿੰਡ ਦੇ ਵਿੱਚ ਜਾਊਗੀ, ਹੋਰ ਸਾਰਾ ਪਿੰਡ ਤਬਾਹ ਹੋਊਗਾ,
ਮੈਂ ਕਾਫੀ ਲੋਕ ਦੇਖੀ ਆ ਨਾ, ਮੈਂ ਪਿੰਡ ਵਾਲੇ ਵੀ ਖੜੇ ਦੇਖੀ ਆ ਨਾ ਵਿੱਚ, ਉਹ ਕਹਿੰਦੇ ਨੇ ਚੱਲ ਕੋਈ ਨਾ, ਹਜੇ ਤਾਂ ਗਰੀਬ ਦੇ ਗਰੀਬਾਂ ਦੇ ਘਰਾਂ 'ਚ ਪਾਣੀ ਆਇਆ, ਸਾਡੇ 'ਚ ਨਹੀਂ ਆਉਂਦਾ। ਜਿਹੜੇ ਉੱਚੇ ਦੇ ਘਰਾਂ 'ਚ ਜਦੋਂ ਕਹਿੰਦਾ ਆਉਂਦੇ ਨੇ ਭੁਚਾਲ, ਉਹ ਤਾਂ ਉੱਚੀਆਂ ਮਾਰਤਾ ਹੀ, ਵੱਡੀਆਂ ਵੱਡੀਆਂ ਡਿੱਗ ਜਾਂਦੀਆਂ ਨੇਗੀਆਂ। ਹਜੇ ਤਾਂ ਇਹ ਕੋਈ ਗੱਲ ਨਹੀਂ, ਹਜੇ ਤਾਂ ਗਰੀਬ ਘਰਾਂ 'ਚ ਪਾਣੀ ਆਇਆ, ਤੁਹਾਡੇ ਅਮੀਰ ਘਰਾਂ 'ਚ ਵੀ ਉੱਧਰੋਂ ਪਾਣੀ ਆਉਣਾ ਸਟਾਰਟ ਹੋਊਗਾ। ਮੈਂ ਪਿੰਡ ਵਾਲਿਆਂ ਨੂੰ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨਾ ਸਹਿਯੋਗ ਇਹ ਪਰਿਵਾਰਾਂ ਤੁਸੀਂ ਦੇ ਸਕਦੇ ਹੋ ਦਿਓ। ਸਰਕਾਰਾਂ ਤੋਂ ਕੋਈ ਉਮੀਦ ਨਾ ਕਰੋ, ਕਹਿੰਦੇ ਆਪਣੀ ਰਾਖੀ ਆਪ ਕਰੋ, ਸਰਕਾਰਾਂ ਤੋਂ ਨਾ ਕੋਈ ਝਾਕ ਕਰੋ, ਹੁਣ ਤਾਂ ਆਪਣੀ ਰਾਖੀ ਆਪ ਨੂੰ ਆਪ ਕਰਨੀ ਪੈਣੀ ਆ, ਉਹੀ ਗੱਲ ਹੈ। ਅਤੇ ਮੀਡੀਆ ਵੀ ਪਹੁੰਚਿਆ ਹੋਇਆ, ਮੀਡੀਆ ਵਾਲਾ ਵੀ ਬਹੁਤ ਵਧੀਆ ਵਿੱਚ ਕਵਰੇਜ ਕਰ ਰਹੇ ਨੇ, ਮੈਂ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦਾ। ਕੱਲ੍ਹ ਮੀਡੀਆ ਵਾਲੇ ਸਾਡਾ ਪੰਜਾਬੀ ਲੋਕ ਚੈਨਲ ਸਾਡਾ ਮਿੱਤਰ ਆ, ਉਹਨੇ ਖਬਰ ਪਹੁੰਚਾਈ, ਉਹਦਾ ਵੀ ਮੈਂ ਧੰਨਵਾਦ ਕਰਦਾ। ਅਤੇ ਸਾਰਾ ਕੁਝ ਮਾੜੇ ਹਾਲਾਤ ਨੇ ਕਿ ਵੀ ਜਿੰਨਾ ਵੀ ਕੋਈ ਮਾਲੀ ਹਾਲਤ ਲਈ ਪਹੁੰਚ ਸਕਦਾ ਇੱਥੇ ਪਹੁੰਚਿਓ। ਖਾਸ ਕਰਕੇ ਕਿਸਾਨਾਂ ਦਾ, ਸਾਡਾ ਦਾ ਐਡਾ ਵੱਡਾ ਨੁਕਸਾਨ ਹੈ, ਜਿੰਨਾ ਵੀ ਰਕਬਾ ਸੀਗਾ 5-6 ਪਿੰਡਾਂ ਦਾ ਉਹ ਤਬਾਹ ਹੋ ਚੁੱਕਿਆ। ਮੋਣਕ ਦਾ ਰਕਬਾ ਘੱਟੋ ਘੱਟ ਮੈਂ ਕਹਿੰਦਾ 50% ਮੋਣਕ ਦਾ ਰਕਬਾ ਹੋਊਗਾ, ਇਹਨੂੰ ਤਾਂ ਵੱਧ ਹੀ ਹੋਵੇ, 50% ਤਾਂ ਹੋਊਗਾ ਹੀ, ਕਿਉਂਕਿ ਜਿਹੜਾ ਘੱਗਰ ਦੇ ਸਾਰਾ ਇੱਧਰਲੇ ਪਾਸੇ ਏਰੀਆ ਉਹ ਸਾਰਾ ਪਾਣੀ ਦੀ ਮਾਰ ਹੇਠ ਆਈ ਜਾਂਦਾ। ਇਹ ਕੁਦਰਤੀ ਆਫਤ ਕਿਸੇ 'ਤੇ ਵੀ ਆ ਸਕਦੀ ਹੈ, ਕਿਸੇ ਵੀ ਥਾਂ 'ਤੇ ਆ ਸਕਦੀ ਹੈ, ਕਿਸੇ ਵੀ ਜਗ੍ਹਾ 'ਤੇ ਆ ਸਕਦੀ ਹੈ, ਕਿਸੇ ਵੀ ਸ਼ਹਿਰ ਦੇ ਵਿੱਚ ਆ ਸਕਦੀ ਹੈ। ਇਹ ਮੇਨ ਕਾਰਨ ਇਹ ਹੁੰਦਾ ਵੀ ਜੇ ਤਾਂ ਆਪਾਂ ਕਿਸੇ ਦੀ ਮਦਦ ਲਈ ਪਹੁੰਚ ਜਾਂਗੇ, ਜਦੋਂ ਆਪਣੇ ਕੱਲ੍ਹ ਨੂੰ ਆਪਣੇ ਵੀ ਘਰ ਡੁੱਬ ਸਕਦੇ ਨੇ, ਆਪਣੇ ਵੀ ਘਰ ਢਹਿ ਸਕਦੇ ਨੇਗੇ। ਜੇ ਕਿਸੇ ਦੀ ਆਪਾਂ ਮਦਦ ਲਈ ਪਹੁੰਚ ਜਾਂਦੇ ਲਈ ਸੌਖਾ ਹੋਣ ਦਾ ਕੰਮ ਬੰਦੇ ਲਈ ਇਹ ਬਹੁਤ ਜ਼ਰੂਰੀ ਹੈ। ਖਾਸ ਕਰਕੇ ਖਾਲਸਾ ਆਈਡੀ ਵਾਲੇ ਵੀ ਪਹੁੰਚੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਧਰ ਪਾੜ ਵੱਲ ਉਹਨਾਂ ਦਾ ਚੱਲਿਆ ਹੋਇਆ ਸਿਸਟਮ, ਅਤੇ ਬਹੁਤ ਸਾਰੇ ਟੀਮਾਂ ਪਹੁੰਚ ਚੁੱਕੀਆਂ ਨੇਗੀਆਂ। ਅਤੇ ਖਾਸ ਜਿਹੜਾ ਮੇਨ ਕੰਮ ਹੈ, ਮੈਂ ਜਿਹੜਾ ਪ੍ਰਸ਼ਾਸਨ ਤੋਂ ਦੁਖੀ, ਜਿਹੜਾ ਮੇਰਾ ਲਾਈਵ ਹੋਣ ਦਾ ਮੇਨ ਕਾਰਨ ਹੈ ਵੀ ਪੁਲਿਸ ਵਾਲੇ ਫਿਰਦੇ ਨੇਗੇ ਜਾਂ DC ਗੇੜਾ ਦੇ ਕੇ ਮੁੜ ਜਾਂਦਾ, ਇੱਕ ਸਾਰਾ ਵੱਡੇ ਰੈਂਕ ਦੇ ਜਿਹੜੇ ਮੰਤਰੀ ਨਹੀਂ ਪਹੁੰਚ ਰਹੇ। ਖਾਸ ਕਰਕੇ ਸਭ ਤੋਂ ਵੱਡਾ ਕਾਰਨ ਹੁੰਦਾ CM ਦਾ, ਜਦੋਂ ਵੱਡੀ ਆਫਤ ਹੁੰਦੀ ਉਹ ਆ ਕੇ ਦੇਖੇ। ਬਸ ਇੰਨਾ ਕਹਿੰਦਾ, ਤੁਹਾਨੂੰ ਹੋਰ ਅਸੀਂ ਪਾੜ ਵਾਲੇ ਸਾਰੇ ਹਾਲਾਤ ਨੂੰ ਦਿਖਾ ਕੇ ਜਾਵਾਂਗੇ, ਅਤੇ ਧੰਨਵਾਦ ਅਸੀਂ ਇਹ ਪਰਿਵਾਰ ਦੀ ਜਿੰਨੇ ਕੁ ਅਸੀਂ ਜੁਗ ਰਹੇ ਹੈਗੇ, ਅਸੀਂ ਵੱਧ ਤੋਂ ਵੱਧ ਮਦਦ ਕਰਕੇ ਜਾਵਾਂਗੇ। ਟਾਰਚਨ ਮਹਿਕਮੇ ਵਾਲੇ ਵੀ ਸਾਡੇ ਨਾਲ ਪਹੁੰਚੇ, ਹਾਲਤ ਦਿਖੀ ਜਾਂਦੀ ਆ, ਹਾਲਤ ਲੋਕ ਬੈਠੇ ਸਾਰੇ ਚੈਨਲ ਘਰ ਦੇ ਸਭ ਥਾਂ ਦੇ ਦਿਖੀ ਜਾਂਦੇ, ਘਰ ਵਾਲੀ ਵਾਰ ਵਾਰ ਸਾਰੇ ਕੰਧਾਂ ਬਹੁਤ ਬੁਰਾ ਹੀ ਲੈਗਾ। ਚਲੋ ਜੀ, ਬੰਦ ਕਰੋ ਜੀ ਲਾਈਵ, ਆਪਾਂ ਹੁਣ ਮੇਰੀ ਗੱਲ।